ਵਿਵਾਦਾਂ ਦੇ ਵਿੱਚ ਘਿਰੇ ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ ਤੇ ਨਵੇਂ ਦੋਸ਼ ਲੱਗੇ ਨੇ। ਕੈਨੇਡੀਅਨ ਅਦਾਲਤ ਦੇ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਸਾਹਮਣੇ ਆਏ ਬਿਆਨਾਂ ਮੁਤਾਬਕ 36 ਸਾਲਾ ਰਾਜ ਗਰੇਵਾਲ ਨੇ ਪੀਐਮ ਜਸਟਿਨ ਟਰੂਡੋ ਦੀ 2018 ਦੀ ਭਾਰਤ ਯਾਤਰਾ ਦੇ ਦੌਰਾਨ ਲੋਕਾਂ ਨੂੰ ਪਾਰਟੀਆਂ ਦੇ ਵਿੱਚ ਬੁਲਾਉਣ ਅਤੇ ਉਹਨਾਂ ਦੀ ਇਮੀਗ੍ਰੇਸ਼ਨ ਫਾਈਲਾਂ ਤੇ ਕੰਮ ਕਰਾਉਣ ਲਈ ਪੈਸੇ ਲਏ, ਜੋ ਕਿ ਕੈਨੇਡਾ ਦੇ ਵਿੱਚ ਇੱਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਉੱਥੇ ਹੀ ਅਦਾਲਤ ਨੇ ਕਿਹਾ ਹੈ ਕਿ ਉਸ ਸਮੇਂ ਦਿੱਲੀ ਅਤੇ ਮੁੰਬਈ ਦੇ ਵਿੱਚ ਦੋ ਵੱਡੀਆਂ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ ਸਨ ਅਤੇ ਰਾਜ ਗਰੇਵਾਲ ਵੱਲੋਂ ਕਰੀਬ 100 ਮਹਿਮਾਨਾਂ ਦੀ ਸੂਚੀ ਭੇਜੀ ਗਈ ਸੀ, ਜਿਸ ਨੂੰ ਬਾਅਦ ਦੇ ਵਿੱਚ ਛੋਟਾ ਕਰ ਦਿੱਤਾ ਗਿਆ। ਇਹੀ ਨਹੀਂ, ਰਾਜ ਗਰੇਵਾਲ ਤੇ ਇਸ ਸਮੇਂ ਆਪਣੇ ਦੋਸਤਾਂ ਅਤੇ ਕੁਝ ਹੋਰ ਲੋਕਾਂ ਤੋਂ ਲੱਖਾਂ ਡਾਲਰ ਲੈ ਕੇ ਜੂਏ ਦੇ ਵਿੱਚ ਹਾਰਨ ਧੋਖਾਧੜੀ ਦੇ ਮਾਮਲੇ ਚੱਲ ਰਹੇ ਨੇ। ਉਹਨਾਂ ਤੇ ਕਰੀਬ 12 ਲੱਖ ਡਾਲਰ ਯਾਨੀ ਕਿ 6 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸਦਾ ਭੁਗਤਾਨ ਨਾ ਕਰ ਸਕਣ ਕਾਰਨ ਉਹ ਕਈ ਲੋਕਾਂ ਨਾਲ ਝਗੜਾ ਵੀ ਕਰ ਚੁੱਕੇ ਨੇ। ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਦਫ਼ਤਰ ਅਤੇ ਸੰਸਦ ਅਹੁਦੇ ਦੀ ਵਰਤੋਂ ਕਰਦਿਆਂ ਲੋਕਾਂ ਤੋਂ ਕਰਜ਼ੇ ਲਏ ਅਤੇ ਸਮੇਂ ਤੇ ਭੁਗਤਾਨ ਵੀ ਨਹੀਂ ਕੀਤਾ। ਇਹਨਾਂ ਦੋਸ਼ਾਂ ਦੇ ਵਿੱਚ ਦੋਸ਼ ਹੈ ਕਿ ਰਾਜ ਗਰੇਵਾਲ ਨੇ ਆਪਣੇ ਸਿਆਸੀ ਦਫ਼ਤਰ ਦੀ ਵਰਤੋਂ ਕਰਦਿਆਂ ਕਰਜ਼ਾ ਲੈਣ ਲਈ ਝੂਠ ਬੋਲਿਆ ਅਤੇ ਆਪਣੇ ਦਫ਼ਤਰ ਦੀ ਵਰਤੋਂ ਨਿੱਜੀ ਲਾਭ ਲਈ ਕਰਜ਼ੇ ਲੈਣ ਲਈ ਕੀਤੀ। ਉਧਰ ਰਾਜ ਗਰੇਵਾਲ ਨੇ ਕਿਸੇ ਵੀ ਅਪਰਾਧ ਦੇ ਗਲਤ ਕੰਮ ਤੋਂ ਇਨਕਾਰ ਕੀਤਾ ਹੈ। 2018 ਦੇ ਵਿੱਚ ਰਾਜ ਗਰੇਵਾਲ ਨੇ ਕਿਹਾ ਸੀ ਕਿ ਉਸਨੇ ਜੂਏ ਦੀ ਲੱਤ ਛੱਡਣ ਲਈ ਸਿਰਫ ਦੋਸਤਾਂ ਅਤੇ ਪਰਿਵਾਰ ਤੋਂ ਹੀ ਕਰਜ਼ਾ ਲਿਆ ਸੀ ਅਤੇ ਇਹ ਸਭ ਉਹ ਵਾਪਸ ਕਰ ਚੁੱਕੇ ਨੇ। ਕਰਾਊਨ ਦਾ ਇਲਜ਼ਾਮ ਹੈ ਕਿ ਰਾਜ ਗਰੇਵਾਲ ਨੇ ਭਾਰਤ ਯਾਤਰਾ ਤੱਕ ਪਹੁੰਚ ਪ੍ਰਾਪਤ ਕਰਨ ਦੇ ਬਦਲੇ ਅਤੇ ਇਮੀਗ੍ਰੇਸ਼ਨ ਫਾਈਲਾਂ ਤੇ ਕੰਮ ਕਰਨ ਲਈ ਲੋਕਾਂ ਤੋਂ ਲੋਨ ਮੰਗਿਆ ਸੀ। ਪਲੀਜ਼ ਸਬਸਕ੍ਰਾਈਬ ਪ੍ਰਵਾਸੀ ਟੀਵੀ ਐਂਡ ਪ੍ਰੈਸ ਦ ਬੈਲ ਆਈਕਨ।